ਆਪਣਾ YouTube ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਬਾਕੀ ਸਪੋਰਟ ਕਰਦੇ ਰਹੋ ਇਦਾਂ ਹੀ। वेलकम टू माई चैनल हरमन बार ब्लॉग्स। जो तुम्हें नोटिस किया हो आप चैनल का चैनल आर्ट बनाया अपने फ्रेंड ने बना के भेजा अपन तो वो देख सकते हो चैनल जी आगे। तो अब आप जा रहे हैं फ्रेंड न अमृतसर साहब तो उत्थे जाने तो बाकी 9 बजे टाइम दिता से सारे लेट ने मैं रेडी हाँ वो देखो कदम करते हैं फिर चलते अगे भी तुम दिखाने हूँ हारन मारते आप 1 घंटा 40 मिनट लेट आए 9 बजे तो 10:40 हो गए। हेलो भाई या गाइस हैं उधर दी आ जाओ कहता पानी की बोतल ले मोहर है लगी यार और लेना हूं तो और लोग के आ जा। हेलो गाइस आ जा आ जा ਇਹਨੂੰ ਕਹੇ ਕਿ ਆਪਾਂ ਕੇ ਸਾਹ ਕਰ ਲਾਂਗੇ ਯਾਰ ਖਾਤਾ ਕਰ ਨਹੀਂ ਕਰ ਨਹੀਂ ਇਹਨੂੰ ਪਤਾ ਇਹਨੂੰ ਐ ਕਹਿਣਾ ਮੈਂ ਵੀ ਆ ਕੇ ਕਰ ਲਾਂਗਾ ਨਹੀਂ ਫਿਰ ਵੀਰੇ ਖਾਤੇ ਤੇਰੇ ਰਹਿਣਗੇ ਠੀਕ ਆ ਸਾਰਾ ਕਰ ਨਹੀਂ ਤੇ ਆਪਾਂ ਆ ਕੇ ਆਪਾਂ ਸਾਹ ਕਰ ਲਾਂਗੇ ਆ ਕੇ ਆਪਾਂ ਕਰ ਲਾਂਗੇ ਠੀਕ ਆ ਨਾ ਤੇ ਕੋਈ ਚੱਕਰ ਨਹੀਂ ਚਲਾ ਲਈ ਠੀਕ ਆ ਤੇਰਾ ਸਾਹ ਬਰਨਾਲੇ ਤੋਂ ਆਏ ਸੀਗੇ ਸਿੱਧਾ ਮਖੂ ਨੂੰ ਕਿਉਂਕਿ ਆਪਾਂ ਜਾਣਾ ਅੰਮ੍ਰਿਤਸਰ ਤੇ ਜਦੋਂ ਮਖੂ ਨੂੰ ਜਾ ਰਹੇ ਸੀ 10 ਕਿਲੋਮੀਟਰ ਰਹਿ ਗਈ ਜਿਵੇਂ ਪਹੁੰਚਣ ਵਾਲੇ ਸੀ ਉਦੋਂ ਨੂੰ ਸਾਰਾ ਬਲੌਕ ਹੋ ਗਿਆ ਸਾਰੇ ਰੋਡ ਬਲੌਕ ਕਰਤੇ ਇਹਨਾਂ ਨੇ ਪਤਾ ਨਹੀਂ ਕਿਉਂ ਕੋਈ ਰੌਲਾ ਇਹਨਾਂ ਦਾ ਹੁਣ ਅਸੀਂ ਦੁਬਾਰੇ ਪਹਿਲਾਂ ਮੋਗੇ ਜਾਵਾਂਗੇ ਮੋਗੇ ਤੋਂ ਬਾਅਦ ਚੋਂ ਅਸੀਂ ਜੀਰੇ ਜਾਵਾਂਗੇ ਜੀਰੋ ਤੋਂ ਅਸੀਂ ਜਾਵਾਂਗੇ ਮਖੂ ਇੰਨਾ ਰਾਹ ਬਗਲ ਕੇ ਜਾਣਾ ਪੈ ਗਿਆ ਹੁਣ ਅਸੀਂ 23-24 ਕਿਲੋਮੀਟਰ ਵਾਪਸ ਜਾ ਰਹੇ ਹਾਂ ਯਾਰ ਕੀ ਹੁੰਦਾ ਆ ਜਦੋਂ ਅੰਮ੍ਰਿਤਸਰ ਜਾਂਦੇ ਹੁੰਦੇ ਇੱਥੇ ਹੁੰਦੀ ਆ ਨਾ ਆਪਾਂ ਨਹਿਰ ਤੇ ਪਕੌੜਿਆਂ ਦੀਆਂ ਉਹ ਹਲਵਾਈ ਦੀਆਂ ਦੁਕਾਨਾਂ ਉੱਥੇ ਰੁਕਿਆ ਹੁਣ ਆਪਾਂ ਰੁਕਿਆ ਤਰਨ ਤਾਰਨ ਸਾਹਿਬ हाँ गर्मी करके सारे गिले करे हुए मैट जिन्ने क्या कहते पीला प्रसाद किसी ने लड्डू आओ प्रसाद नहीं लड्डू वाला प्रसाद मतलब
ਗੱਡੀ ਆਪਾਂ ਇੱਥੇ ਪਾਰਕ ਕੀਤੀ ਆ ਹਨਾ ਪਹਿਲੀ ਵਾਰ ਦੀ ਗੱਲ ਦੱਸਦਾ ਸਾਡੇ ਨਾਲ ਇੱਕ ਬੰਦਾ ਆਇਆ ਸੀ ਉਹ ਕਹਿੰਦਾ ਪੜ੍ਹੇ ਲਿਖੇ ਲੱਗਦੇ ਆ ਕਹਿੰਦਾ ਮਾਸਕ ਲਾ ਕੇ ਰੱਖੋ ਅਤੇ ਜਦੋਂ ਹੀ ਆਪਾਂ ਐਂਟਰ ਕਰਦੇ ਹਾਂ ਹਰਿਮੰਦਰ ਸਾਹਿਬ ਵਿੱਚ ਤਾਂ ਉੱਥੇ ਮਾਸਕ ਲਗਾ ਦਿੰਦੇ ਉਹ ਕਹਿੰਦੇ ਅੰਦਰ ਲਾ ਕੇ ਨਹੀਂ ਜਾਣਾ ਕੋਈ ਕਰੋਨਾ ਕਰੋਨਾ ਹੈ ਨਹੀਂ ਤਾਂ ਮਤਲਬ ਅੱਜ ਵੀ ਆਪਾਂ ਇੱਥੇ ਮਾਸਕ ਪਰ ਹੀ ਘੁੰਮਾਂਗੇ ਨੋ ਟੈਨਸ਼ਨ ਪਾਰਕਿੰਗ ਬਹੁਤ ਵਧੀਆ ਇੱਥੇ ਅੰਡਰਗਰਾਊਂਡ ਲਾਈ ਆਪਾਂ ਗੱਡੀ जिते पहला बना ही पसंद नहीं आया आ भी हम डिसएग्रीमेंट करते रहन दें इतने रहन रहन दें पर नहीं बह गए हम लगता रूम का टूर कराइए सू इधर बाथरूम टीवी वो तो बाली सी अभी कमरे च ही आ रही आपके हम अभी जमा शाम को आए दरबार साहब जावे हम सीधा ਪੈਂਟਰ ਕਰ ਦਿੰਦੇ ਕਹਿ ਤੂੰ ਇੱਧਰ ਦਰੋਂ ਸਾਈਡ ਜਾਣਾ ਮੈਂ ਨਹੀਂ ਜਾਣਾ ਆਈ ਲਵ ਦਿਸ ਵਿਊ ਆ ਸਭ ਤੋਂ ਵਧੀਆ ਪਲੇਸ ਆ ਜਿਹੜਾ ਪਿੱਛੇ ਕੋਰੀਡੋਰ ਆਪਣਾ ਹਨਾ ਸਾਰੇ ਪਾਸੇ ਹਨਾ ਇਹ ਸਾਰੇ ਅੰਮ੍ਰਿਤਸਰ ਚ ਹੈ ਇਹ ਜਦੋਂ 1984 ਇੱਥੇ ਹੋਇਆ ਸੀਗਾ ਆਪਣਾ ਅਟੈਕ ਹੋਇਆ ਸੀਗਾ ਉਦੋਂ ਇੱਥੇ ਸਾਰੀ ਉਹ ਸੀਗੇ ਆਪਣੇ ਵੀ ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹ ਇੱਥੇ ਸਰੀਰ ਉਹਨਾਂ ਦਾ ਇੱਥੇ ਪਿਆ ਸੀਗਾ ਸਾਰੇ ਕੋਰੀਡੋਰ ਚ ਕਿਆੜੀ ਤੇ ਹਰਿਮੰਦਰ ਸਾਹਿਬ ਦੇ ਅੰਦਰ ਗਏ ਸੀ ਅਸੀਂ 10:30 ਵਾਂਗੂ ਆਪਦੇ ਰੂਮ 'ਚ ਵਾਪਸ ਆ ਗਏ ਲਾਈਨ ਲੰਬੀ ਸੀ ਤਾਂ ਕਰਕੇ ਟਾਈਮ ਲੱਗ ਗਿਆ ਹੁਣ ਆਪਾਂ ਸੌਂਦੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਸਵੇਰੇ ਆਪਾਂ ਆਪ ਆਹ ਹੋਟਲ 'ਚ ਗੱਡੀ ਦੱਸਿਆ ਜਿਹੜਾ ਹੋਟਲ ਹੁਣ ਤਾਂ ਆਪਾਂ ਇਹ ਤੀਜੇ ਫਲੋਰ 'ਤੇ ਆਪਾਂ ਥੱਲੇ ਜਾ ਕੇ ਦਿਖਾ ਲਾਂਗੇ ਕਿਹੜਾ ਹੋਟਲ ਸੀ ਅਤੇ ਤਿਆਰ ਹਾਂ ਅਸੀਂ ਗਏ ਹਾਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫਿਰ ਅਸੀਂ ਆਪਦਾ ਸ਼ਾਇਦ ਅੱਜ ਘਰ ਵਾਪਸ ਮੁੜਾਂਗੇ ਗਰਮੀ ਬਹੁਤ ਆ ਅਤੇ ਰਾਹ 'ਚ ਰੋਕਦੇ ਨਹੀਂ ਅੱਖਾਂ ਸਿੱਧਾ ਸੂਰਜ ਵੱਜ ਰਿਹਾ ਸੁਲਤਾਨਪੁਰ ਲੋਧੀ ਉੱਥੇ ਰੁਕਾਂਗੇ ਅੱਜ ਇਹ ਘਰ ਹੀ ਜਾਵਾਂਗੇ ਸ਼ਾਮ ਆਜਾ ਕਹਿੰਦਾ ਜਾਣ ਦੇ ਰਹਿਣ ਦਿੰਦੇ ਉਹਨੂੰ ਕਹਿੰਦਾ ਉਹ ਰਹਿਣ ਦਿੰਦੇ ਉਹਨੂੰ ਕਹਿੰਦਾ ਫੋਟੋਆਂ ਕਰਨੀਆਂ ਦੁਬਾਰੇ ਬਣਾ
ਜਿਹੜਾ ਬੰਦਾ ਵਾਲੇ ਫੋਟੋ ਕਰਾਉਂਦਾ ਉਹਨੂੰ ਨਾਲ ਨਾ ਲਿਆ ਕਰੋ ਕਾ ਹੋ ਗਿਆ ਬਸ ਇਹਨਾਂ ਨੇ ਫੋਟੋਆਂ ਕਰੀ ਜਾਣੀ ਹੁੰਦੀਆਂ ਇਹ ਬੰਦੇ ਨੂੰ ਨਾਲ ਹੀ ਲੈ ਲਿਆ ਕਰੋ ਤੁਸੀਂ ਇਹ ਜਾਣੋ ਜਿਹੜੇ ਹੁੰਦੇ ਆਹ ਹੁੰਦੀ ਹੈ ਵੀ ਦਾ ਸਕਸੈਸ ਯੂ ਨੋ ਦਾ ਸਟਰਗਲ ਯੂ ਡੋਂਟ ਨੋ ਉੱਥੋਂ ਨਿਕਲ ਗਏ ਪਾਰਕਿੰਗ ਆ ਗਏ ਜਾਂਦੇ ਹਾਂ ਔਖੇ ਹੋ ਗਏ ਪਾਣੀ ਬਿਨਾਂ ਔਖੇ ਹੋ ਗਏ ਸੀ ਪਾਣੀ ਬਿਨਾਂ ਬਹੁਤ ਔਖਾ ਇੱਥੇ ਮਾੜਾ ਬੇਸ ਵੱਡਾ ਪਾਣੀ ਲੱਗਿਆ ਮੈਨੂੰ ਤਾਂ ਸੁਲਤਾਨਪੁਰ ਲੋਧੀ ਅਸੀਂ ਆ ਤਾਂ ਗਏ ਬਹੁਤ ਔਖੇ ਆਏ ਹਾਂ ਸੌਂ ਵੀ ਗਏ ਸਵੀਰ 'ਤੇ ਵੀ ਰੁਕ ਗਈ ਇੱਕ ਥਾਂ 'ਤੇ ਹੋਰ ਵੀ ਰੁਕੇ ਉੱਥੋਂ ਟਿੱਕੀਆਂ 'ਤੇ ਉਹ ਖਾ ਲਏ ਸੀ ਸਪਰਿੰਗ ਰੋਲ ਪਰ ਥੱਕ ਕੇ ਆਉਂਦੇ ਉਹਦੇ ਇੱਥੇ ਇਹ ਗੱਲ ਹੋਰ ਆ ਇੱਥੇ ਟੋਪੀ ਨਹੀਂ ਅੰਦਰ ਟੋਪੀ ਅਲਾਊਡ ਨਹੀਂ ਅੰਦਰ ਇੱਥੇ ਹੋਣੀ ਹੋਣੀ ਇੱਕ ਬੰਦੇ ਨੂੰ ਮੋੜਿਆ ਕਹਿੰਦੇ ਟੋਪੀ ਆ ਤੇਰੇ ਕੋਲ ਕਹਿੰਦੇ ਬਾਹਰ ਜਾ ਵੜਾ ਜਾਂ ਬਾਹਰ ਰੱਖਿਆ ਉਹਨੂੰ ਫਿਰ ਮਾਨ ਲੈ ਕੇ ਅੰਦਰ ਆ ਜਾ ਪੱਖਾ ਦੇਖਿਆ ਕਿਸੇ ਨੇ ਏਡਾ ਵੱਡਾ ਪਹਿਲਾਂ ਗੁਰਦੁਆਰਾ ਜਿੱਥੇ ਮੈਂ ਏਡਾ ਵੱਡਾ ਪੱਖਾ ਦੇਖਿਆ ਕਾ ਪੱਖਾ ਏਡਾ ਵੱਡਾ ਜਾਂ ਕਿੱਧਰ ਗੁਰਦੁਆਰਾ ਵੀ ਇਹੀ ਹੈ ਜਿਹੜਾ ਸੁਲਤਾਨਪੁਰ ਲੋਧੀ ਹੈ ਇਹ ਅੰਡਰਗਰਾਊਂਡ ਗੁਰੂ ਘਰ ਆ ਇੱਥੇ ਭੋਰਾ ਗਾ ਅਤੇ ਉੱਧਰਲੇ ਪਾਸੇ ਗੁਰੂ ਘਰ ਰੋਟੀ ਖਾਧੀ ਆ ਸਵੇਰ ਦੀ ਰੋਟੀ ਖਾਧੀ ਵੀ ਸੀ ਹੁਣ ਆਪਣਾ ਬਸ ਮਤਲਬ ਕਿ ਜਰਨੀ ਇਹ ਐਂਡ ਹੈ ਹੁਣ ਸਿੱਧਾ ਘਰੇ ਜਾਵਾਂਗੇ ਥੱਕ ਗਏ ਇੱਕ ਤਾਂ ਪਏ ਵੀ ਗਏ ਆ ਕੇ ਇੱਕ ਤਾਂ ਸੌਂ ਗਿਆ ਹੁਣ ਬਸ ਅਸੀਂ ਡਰਾਈਵਿੰਗ ਕਰਦੇ ਹਾਂ ਨਾਲ ਨਾਲ ਗੱਲਾਂ ਕਰਦੇ ਹਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਅਤੇ ਬਾਕੀ ਸਪੋਰਟ ਕਰਦੇ ਰਹੋ ਇੱਦਾਂ ਹੀ ਕੱਢ ਲੈ ਗੱਡੀ ਕਿਵੇਂ ਚੱਲੇ ਆਖਿਆ ਪਿਆ ਦੇਖੀ ਸਾਰੇ ਦਾ ਸਾਡੇ ਨਾਲ ਬੋਲਿਆ ਨਹੀਂ ਆ ਬੰਦਾ ਮੱਚਿਆ ਰਿਹਾ ਨਾ ਰੋਟੀ ਖਾਧੀ ਅੱਜ ਨੇ ਮੱਚਿਆ ਰਿਹਾ ਇਹ ਬੰਦਾ ਸਾਰੇ ਦਾ ਮੱਚਿਆ ਰਿਹਾ ਇਹ ਚੱਲ ਚੰਗਾ ਮਿੱਤਰ ਬਾਏ ਬਾਏ ਸਾਰਿਆਂ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਸਭ ਕੁਛ ਕਰ ਦਿਓ ਅੱਜ ਸਪਾਈ ਸਾਹਿਬ ਤੁਹਾਡੇ ਲਈ ਗਿਆ ਸੀ ਵਲੌਗ ਬਣਾਉਣ ਮੈਂ ਉਹ ਗੱਲ ਵੱਖਰੀ ਜੇ ਨਾ ਬਣਾਇਆ ਹੋਇਆ ਵਾਲਾ ਮੈਂ ਬਾਏ ਬਾਏ ਆਹੋ ਨਾ ਨਹੀਂ ਖਾਧੇ ਸੀ ਸਾਰੇ ਰਾਹ ਨਹੀਂ ਬੋਲਿਆ ਉਹ ਮੱਚ ਗਿਆ ਸੀ ਇਹਦਾ ਦੱਸ ਮੱਚ ਗਿਆ ਸੀ ਆਹੋ ਬਾਏ ਬਾਏ ਮਿੱਤਰੋ ਘਰੇ ਪਹੁੰਚ ਕੇ ਲੈ ਜੂੰਗਾ ਫਿਰ ਜੇ ਰਹਿ ਗਿਆ ਕੁਛ ਹੋਰ ਕੀ ਜੇ ਕੁਛ ਰਹਿ ਗਿਆ ਲਿਆਉਂ ਜਾ ਕੇ ਬਾਏ ਬਾਏ।